ਨਾਲ ਹੋ ਜਾਓ ਆ ਜਾਓ ਜੀ ਨਾਲ ਵਾਲੇ ਮੈਂ ਪੁੱਛ ਕੇ ਦੱਸ ਦੂੰ ਕੋਪੀ ਹੋ ਤੁਸੀਂ ਆ ਜਾ ਨਹੀਂ ਨਹੀਂ ਪੁੱਛ ਰਿਹਾ ਕੋਈ ਆਹ ਤਾਂ ਨਹੀਂ ਜਿੱਤੇ ਕਰੀ ਸਾਡੇ ਮਾਣਯੋਗ ਡਾਕਟਰ ਸੁਜੈਨ ਸਿੰਘ ਗਿੱਲ IPS ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸ਼ਹਿਰ ਵੱਲੋਂ ਕ੍ਰਾਈਮ ਵਿਰੁੱਧ ਚਲਾਈ ਗਈ ਮੁਹਿੰਮ ਅੰਦਰ ਅਤੇ ਸ਼੍ਰੀ ਸਰਤਾਜ ਸਿੰਘ ਚਾਹਲ IPS ADDC CT1 ਜਿਹਦੇ ਨਿਰਦੇਸ਼ 'ਤੇ SHO ਥਾਣਾ ਕੋਟ ਖਾਲਸਾ ਐਡੀਸ਼ਨਲ SHO ਹਰਜੀਤਪਾਲ ਇਹਨਾਂ ਦੀ ਸਮੁੱਚੀ ਟੀਮ ਵੱਲੋਂ ASI ਗੁਰਵੇਲ ਸਿੰਘ ਨੇ ਪ੍ਰਮੋਦ ਕੁਮਾਰ ਪੁੱਤਰ ਮਦਨ ਲਾਲ ਕੋਟ ਖਾਲਸਾ ਨੰਬਰ 2 ਲਖਨ ਨੰਬਰ 3 ਰਵੀ ਇਹ ਤਿੰਨੋਂ ਹੀ ਥਾਣਾ ਕੋਟ ਖਾਲਸਾ ਇਲਾਕੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 304 ਮਿਤੀ 29/6/2020 ਨੂੰ IPC ਦੀ ਧਾਰਾ 379 ਤਹਿਤ ਥਾਣਾ ਇਸਲਾਮਾਬਾਦ ਵਿੱਚ ਰਜਿਸਟਰ ਕੀਤਾ ਗਿਆ ਸੀ ਤਾਂ ਉਹਨਾਂ ਪਾਸੋਂ ਜਿਹੜੇ ਮੁਲਜ਼ਮ ਨਾਮ ਬੋਲੇ ਨੇ ਇਹਨਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਬਿਨਾਂ ਨੰਬਰੀ ਜਿਹੜਾ ਸੀ ਉਹ ਬਰਾਮਦ ਕੀਤਾ ਗਿਆ ਪੁੱਛਗਿੱਛ ਦੌਰਾਨ ਇਹਨਾਂ ਵੱਲੋਂ ਇਨਸਾਫ ਕਰਨ 'ਤੇ ਇਹਨਾਂ ਨੇ ਕਿਹਾ ਕਿ ਇਹਨਾਂ ਨੇ 3 ਹੋਰ ਚੋਰੀ ਦਾ ਐਕਟਿਵਾ ਵੀ ਜਿਹੜੀਆਂ ਨੇ ਉਹ ਬਿਨਾਂ ਨੰਬਰੀ ਜਿਹੜੀਆਂ ਸੀ ਚੋਰੀ ਕੀਤੀਆਂ ਸੀ ਜੋ ਕਿ ਬਰਾਮਦ ਹੋ ਚੁੱਕੀਆਂ ਨੇ ਜੀ ਇਸ ਤੋਂ ਇਲਾਵਾ ਥਾਣਾ ਕੋਟ ਖਾਲਸਾ ਵਿਖੇ ਤਾਇਨਾਤ SI ਭਗਵੰਤ ਸਿੰਘ ਨੇ ਮੁਕੱਦਮਾ ਨੰਬਰ 279 ਮਿਤੀ 14/6/2020 IPC ਦੇ ਤਹਿਤ ਥਾਣਾ ਇਸਲਾਮਾਬਾਦ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਇੱਕ ਮੁਕੱਦਮਾ ਦਰਜ ਕੀਤਾ ਸੀ ਅਤੇ ਅੱਜ 30/6 ਨੂੰ ਉਕਤ ਮੁਕੱਦਮਾ ਦੇ ਮਦੇਈ ਮੈਡਮ ਸਿਵਿਟੀ ਸ਼ਰਮਾ ਵੱਲੋਂ ਪਛਾਣਿਆ ਗਿਆ ਕਿ ਇਹ ਦੋਸ਼ੀ ਸੌਰਵ ਕੁਮਾਰ ਉਰਫ ਕਾਲੀ ਪੁੱਤਰ ਕਮਲ ਕੁਮਾਰ ਜੋ ਕਿ ਗੁਰੂ ਨਾਨਕਪੁਰਾ ਕੋਟ ਖਾਲਸਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਇਹਦਾ ਮੋਬਾਈਲ ਜਿਹੜਾ ਖੋਇਆ ਗਿਆ ਸੀ ਉਹ ਮੋਬਾਈਲ ਬਰਾਮਦ ਕੀਤਾ ਗਿਆ ਜੀ ਇਸ ਤੋਂ ਇਲਾਵਾ ਥਾਣਾ ਕੋਟ ਖਾਲਸਾ ਵਿਖੇ ਤਾਇਨਾਤ SI ਭਗਵੰਤ ਸਿੰਘ ਵੱਲੋਂ ਮੁਕੱਦਮਾ ਨੰਬਰ 299 ਮਿਤੀ 23/6 ਨੂੰ ਅੰਡਰ ਸੈਕਸ਼ਨ 379 IPC ਥਾਣਾ ਇਸਲਾਮਾਬਾਦ ਵਿਖੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਜਿਹੜਾ ਸੀ ਉਹ ਦਰਜ ਰਜਿਸਟਰ ਕੀਤਾ ਗਿਆ ਸੀਗਾ ਅੱਜ ਮਿਤੀ 30/6 ਨੂੰ ਪੁਲਿਸ ਟੀਮ ਜਿਹੜੀ ਸੀ ਆਪਣੀ ਗਸ਼ਤ ਕਰਨ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਦੋਸ਼ੀ ਸੀਗਾ ਸੂਰਜ ਪੁੱਤਰ ਸੰਜੀਵ ਕੁਮਾਰ ਵਾਸੀ ਗੁਰੂ ਨਾਨਕਪੁਰਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਦੇ ਕੋਲੋਂ ਮੁਕੱਦਮੇ ਵਿੱਚ ਚੋਰੀ ਐਕਟਿਵਾ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਇਹਨਾਂ ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਜਿਹੜੀ ਹੈ ਉਹ ਬਰੀਕੀ ਨਾਲ ਛਾਣਬੀਣ ਜਿਹੜੀ ਉਹ ਕੀਤੀ ਜਾ ਰਹੀ ਹੈ ਹੁਣ ਪੁੱਛਗਿੱਛ ਕਰ ਰਹੇ ਹਾਂ ਜਿਹਨਾਂ ਦੇ ਕੋਲੋਂ ਪੇਸ਼ ਅਦਾਲਤ ਕਰਕੇ ਗ੍ਰਿਫਤਾਰੀ ਪੈ ਗਈ ਹੈ ਰਿਮਾਂਡ ਲੈ ਰਹੇ ਹਾਂ ਅਤੇ ਪੂਰੀ ਡੂੰਘਾਈ ਦੇ ਨਾਲ ਜਿਹੜੀ ਹੈ ਉਹ ਤਫਤੀਸ਼ ਜਿਹੜੀ ਅਸੀਂ ਕਰ ਰਹੇ ਹਾਂ ਨਹੀਂ ਪਹਿਲੇ ਕੋਈ ਪਰਚਾ ਦਰਜ ਨਹੀਂ ਪੰਜ ਜੀ ਚੋਰੀ ਦੀਆਂ ਜਿਹੜੀਆਂ ਨੇ ਐਕਟਿਵਾ ਬਿਨਾਂ ਨੰਬਰ ਤੇ ਇੱਕ ਜਿਹੜੀ ਐਕਟਿਵਾ ਜੀ।